मोगा के जीटी रोड पर चार्जिंग के तारों में स्पार्किंग होने से आग लग गई, जिसमें भारी मात्रा में नई बैटरी वाली स्कूटी जल गई। यहां मोगा फायर ब्रिगेड की टीम ने भारी मशक्कत के बाद आग पर काबू पाया। ਐਕਸਟੈਂਸ਼ਨ ਦੀ ਤਾਰ ਸੀਗੀ, ਉਸ ਸਪਾਰਕ ਮਾਰ ਗਈ, ਉਹਨੂੰ ਅੱਗ ਲੱਗ ਗਈ। ਮੈਂ ਜਦੋਂ ਸੁਬਾਹ ਉੱਠਿਆ ਦੇਖਿਆ ਉਹ ਸਾਰਾ ਪਲੱਗ ਜਿਹੜਾ ਸੜ ਰਿਹਾ ਸੀਗਾ। ਓਕੇ, ਅਤੇ ਜਦ ਨੂੰ ਮੈਂ ਉੱਪਰ ਚਾਬੀਆਂ ਲੈਣ ਗਿਆ ਤਦ ਨੂੰ ਧੂੰਆਂ ਬਹੁਤ ਹੋ ਗਿਆ, ਅੰਦਰ ਨਹੀਂ ਜਾਇਆ ਗਿਆ ਵਿਦਨ ਮਿੰਟਾਂ ਸਕਿੰਟਾਂ 'ਚ ਸਾਰਾ। ਜੇ ਆਪਾਂ ਨੁਕਸਾਨ ਦੀ ਗੱਲ ਕਰੀਏ, ਕਿੰਨਾ ਕੁ ਨੁਕਸਾਨ, ਕਿਉਂਕਿ ਸਾਰੀਆਂ ਸਕੂਟਰੀਆਂ ਤੁਹਾਡੀਆਂ ਨਵੀਆਂ ਸੀ, 15 ਤੋਂ 20 ਲੱਖ, ਅਤੇ ਕਿੰਨਾ ਟਾਈਮ ਲੱਗ ਗਿਆ ਇਹਨੂੰ ਅੱਗ ਨੂੰ? ਤਕਰੀਬਨ 1.5-2 ਘੰਟੇ। ਤੁਸੀਂ ਬੈਟਰੀਆਂ ਵਾਲੀ ਗੱਲ ਕੀਤੀ, ਬੈਟਰੀਆਂ ਤੇ ਤੇਜ਼ਾਬ ਵੀ ਹੁੰਦਾ, ਬਹੁਤ ਬੁਰਾ ਹਾਲ ਹੁੰਦਾ। ਬਿਲਕੁਲ ਹੁੰਦਾ ਸਰ, ਜਿਹੜੇ ਸਾਨੂੰ ਖਤਰਾ ਲੱਗਦਾ ਜੀ ਅਸੀਂ ਬਾਹਰ ਕਢਵਾ ਦਿੱਤੀਆਂ, ਜਿਹਨਾਂ ਦਾ ਬਲਾਸਟ ਹੋਣ ਦਾ ਡਰ ਸੀਗਾ, ਬਾਕੀ ਇਨਵੇਟਰ ਦੇ ਵਗੈਰਾ ਦੀ ਸਪਲਾਈ ਵੀ ਬੰਦ ਕਰਵਾ ਦਿੱਤੀ। ਤੇ ਹੁਣ ਅੱਗ ਤੇ ਕਾਬੂ ਪਾਇਆ, ਅੱਗ ਤੇ ਕੰਟਰੋਲ ਆ ਜੀ। ਓਕੇ।